ਅਕੋਰਡਿੰਗਲੀ ਚੱਲੇ, ਸਤਿਗੁਰ ਪਿੱਛੇ ਭੱਜ ਪਵੇ, ਇਹ ਹਰ ਕਰਨੀ ਸਾਰ ਇਹ ਕਰਨਾ ਪੈਂਦਾ ਹੈ। ਬੜਾ ਅੱਛਾ ਲੱਗਦਾ ਹੈ, ਬੜਾ ਫਖਰ ਮਹਿਸੂਸ ਹੁੰਦਾ ਹੈ।
ਬਈ ਇਹਨੇ ਮੇਰਾ ਨਾਮ ਰੋਸ਼ਨ ਕੀਤਾ ਹੈ, ਮਾਤਾ ਦਾ ਕੀਤਾ ਹੈ, ਪਿਤਾ ਦਾ ਕੀਤਾ ਹੈ, ਫਸਟ ਆਉਂਦਾ ਹੈ, ਇਨਾਮ ਪ੍ਰਾਪਤ ਕਰਦਾ। ਅਤੇ ਤੁਸੀਂ ਦੱਸੋ ਵੀ ਜੇਕਰ ਅਸੀਂ ਬਾਣੀ ਪੜ੍ਹ ਕੇ ਗੁਰੂ ਸਿੰਘ ਸਾਚੀ ਅੰਮ੍ਰਿਤ ਛਕ ਕੇ ਬਾਣੀ ਦੇ ਬਾਣੀ ਦੇ ਧਾਰਨੇ ਹੋ ਜਾਵਾਂਗੇ ਤਾਂ ਸਾਡੇ ਗੁਰੂ ਸਾਹਿਬ ਕਿੰਨੇ ਖੁਸ਼ ਹੋਣਗੇ, ਕਿੰਨੀ ਬਖਸ਼ਿਸ਼ ਕਰੂੰਗੇ, ਕਿੰਨਾ ਪਿਆਰ, ਬਹੁਤ ਪਿਆਰ, ਬਹੁਤ ਬਖਸ਼ਿਸ਼ ਕਰੂੰਗੇ। ਕਿਉਂ? ਸੱਚੇ ਪਾਤਸ਼ਾਹ ਨੇ ਜਦੋਂ 40 ਮੁਕਤੀ ਜਦੋਂ ਸ਼ਹੀਦ ਹੋਏ 40 ਸਿੰਘ, ਅਤੇ ਮਹਾਰਾਜ ਉੱਥੇ ਬੈਠ ਕੇ ਅਤੇ ਮਹਾਰਾਜ ਨੇ ਫਿਰ ਬਖਸ਼ਿਸ਼ਾਂ ਕੀਤੀਆਂ, ਇਹ ਮੇਰਾ 96 ਕਰੋੜੀ ਸਿੰਘ, ਇਹ ਮੇਰਾ 5 ਕਰੋੜੀ ਸਿੰਘ, ਮੇਰਾ 10 ਕਰੋੜੀ ਸਿੰਘ, ਇਸ ਤਰ੍ਹਾਂ ਦੀਆਂ ਬਖਸ਼ਿਸ਼ਾਂ ਸੱਚੇ ਪਾਤਸ਼ਾਹ ਨੇ ਕੀਤੀਆਂ ਜਿਹੜਾ ਪਰਿਵਾਰ। ਸੋ ਆਓ ਅਸੀਂ ਵੀ ਇਹਨਾਂ ਸਮਾਗਮਾਂ ਵਿੱਚ ਪਰਿਵਾਰ ਸਮੇਤ ਹਾਜ਼ਰੀ ਭਰੀਏ, ਬਾਕੀ ਰਹਿੰਦੇ ਸਮਾਗਮਾਂ ਵਿੱਚ, ਔਰ ਗੁਰੂ ਵਾਲੇ ਕੋਲ ਗੁਰੂ ਦੀ ਗੱਲ ਸੁਣੀਏ, ਗੁਰੂ ਦੀ ਗੱਲ ਕਰੀਏ, ਔਰ ਗੁਰੂ ਦੀ ਗੱਲ ਮੰਨੀਏ ਜੋ ਗੁਰੂ ਨੇ ਕਿਹਾ ਹੈ। ਕਿਉਂ? ਸੱਚੇ ਪਾਤਸ਼ਾਹ ਜਿਉਂਦੇ ਹਨ। ਗੁਰਦੁਆਰੇ ਹਰ ਕੀਰਤਨ ਸੁਣੀਏ, ਸਤਿਗੁਰ ਭੇਟ ਹਰ ਜਸ ਮੁਖ ਪਾਏ। ਜਾਂ ਪਹਿਲਾਂ ਆਪ ਜੀ ਨੂੰ ਦੱਸਿਆ ਸੀ ਵੀ ਸਤਿਗੁਰੂ ਫਰਮਾਇਆ ਕਾਰੀ ਇਹ ਕਰੇ ਹੋ ਗੁਰਦੁਆਰੇ ਹੋਏ ਤੇ ਸਾਹਿਬ ਸੰਭਾਲ। ਜਿਹਦਾ ਗੁਰੂ ਗ੍ਰੰਥ ਸਾਹਿਬ ਬਣ ਗਿਆ ਹੈ ਉਹਨੂੰ ਹੋਰ ਕਿਸੇ ਦੀ ਲੋੜ ਨਹੀਂ ਹੈ, ਉਹ ਜੀਵਨ ਜਾਤ ਸੱਚੇ ਪਾਤਸ਼ਾਹ ਨੇ ਆਪੇ ਦੱਸ ਦੇਣੀ ਹੈ। ਜਿਉਂ ਜਿਉਂ ਅਸੀਂ ਬਾਣੀ ਪੜ੍ਹਨਾ ਹੈ ਤੇ ਉਹਦੇ ਅੰਦਰ ਪ੍ਰਕਾਸ਼ ਹੋਣਾ ਹੈ, ਬਾਣੀ ਦਾ ਪ੍ਰਭਾਵ, ਬਾਣੀ ਦਾ ਪ੍ਰਭਾਵ ਅੰਦਰ ਪੈਣਾ ਹੈ, ਔਰ ਅਸੀਂ ਗੁਰੂ ਦੇ ਪੈਦਾ ਕਰਨਾ ਹੈ। ਕਿਉਂ? ਕਿਉਂਕਿ ਸੱਚੇ ਪਾਤਸ਼ਾਹ ਕੋਲ ਆਪ ਬਖਸ਼ਿਸ਼ ਕਰਦੇ ਹਨ। ਸਤਿਗੁਰ ਕੀ ਬਾਣੀ, ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੁਖ। ਇਹ ਸੱਚੇ ਪਾਤਸ਼ਾਹ ਆਪ ਬਖਸ਼ਿਸ਼ ਕਰਕੇ ਜਿਹੜਾ ਹੈ ਕਰਦੇ ਹਨ, ਕਿਸੇ ਦੇ ਕੋਈ ਵੱਸ ਨਹੀਂ ਹੈ। ਇਸ ਵਾਸਤੇ ਆਪਣੇ ਆਪ ਨੂੰ ਬੜੇ ਭਾਗਾਂ ਵਾਲੇ, ਬੜੇ ਕਿਸਮਤ ਵਾਲੇ ਆਪਾਂ ਸਮਝੀ ਜਦੋਂ ਆਪਾਂ ਗੁਰੂ ਘਰ ਤੇ ਹਾਜ਼ਰ ਹੁੰਦੇ ਹਾਂ, ਔਰ ਆਪਾਂ ਗੁਰੂ ਗ੍ਰੰਥ ਸਾਹਿਬ ਵਰਗੇ ਸਾਡੇ ਗੁਰੂ ਹਾਂ। ਕਿਉਂ? ਕਿਉਂਕਿ ਆਪ ਜੀ ਨੂੰ ਇਹ ਗਿਆਨ ਹੋਏਗਾ ਕਿ ਸਿੱਖ ਦਾ ਜਿਹੜਾ ਵੀ ਕਾਰਜ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੁੰਦਾ ਹੈ, ਚਾਹੇ ਉਹ ਖੁਸ਼ੀ ਦਾ ਕਾਰਜ ਹੈ, ਚਾਹੇ ਉਹ ਕਮੀ ਦਾ ਕਾਰਜ ਹੈ, ਚਾਹੇ ਉਹ ਜਨਮ ਸੰਸਕਾਰ ਹੈ, ਚਾਹੇ ਉਹ ਆਨੰਦ ਹੈ, ਚਾਹੇ ਉਹ ਮ੍ਰਿਤਕ ਸੰਸਕਾਰ ਹੈ। ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਹੁੰਦੇ ਹਨ, ਔਰ ਸੰਸਾਰ ਦੇ ਹੋਰ ਬਹੁਤ ਸਾਰੇ ਧਰਮ ਹਨ ਜਿਨ੍ਹਾਂ ਵਿੱਚ ਉਹਨਾਂ ਦੇ ਗੁਰੂ ਹਾਜ਼ਰ ਨਹੀਂ, ਜਿਨ੍ਹਾਂ ਵਿੱਚ ਉਹਨਾਂ ਦੇ ਜਿਹੜੇ ਇਸ਼ਟ ਮੰਨਦੇ ਹਨ ਉਹ ਹਾਜ਼ਰ ਨਹੀਂ ਹੁੰਦੇ। ਇਹ ਜਾਗਰ ਜੋ ਗੁਰੂ ਗ੍ਰੰਥ ਸਾਹਿਬ ਜੀ, ਸੁਪਰੀਮ ਕੋਰਟ ਆਫ ਇੰਡੀਆ ਵੀ ਇਹਨਾਂ ਨੂੰ ਲਿਵਿੰਗ ਗੁਰੂ ਦਾ ਦਰਜਾ ਦੇ ਚੁੱਕੀ ਹੈ। ਅੱਜ ਤੱਕ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਗੁਰੂ ਦਾ ਦਰਜਾ ਨਹੀਂ ਮਿਲਿਆ ਹੈ। ਇਹ ਸੰਸਾਰ ਵਿੱਚ ਪਹਿਲੀ ਵਾਰ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਵਿੰਗ ਗੁਰੂ ਬੋਲੇ। ਇਹਨਾਂ ਮਹਾਨ ਗੁਰੂ ਔਰ ਇਸ ਦੇ ਅਸੀਂ ਬੱਚੇ ਹਾਂ, ਔਰ ਕਿਉਂ ਨਾ ਅਸੀਂ ਫਿਰ ਗੁਰੂ ਦੇ ਅਨੁਸਾਰ ਹੋਈਏ, ਕਿਉਂ ਮੈਂ ਗੁਰੂ ਦੇ ਪ੍ਰਵਾਨ ਚੱਲੀਏ। ਆਓ ਸਾਰੇ ਰਲ ਕੇ ਬਾਕੀ ਸਾਰੇ ਰਹਿੰਦੇ ਸਮਾਗਮਾਂ ਵਿੱਚ ਹਾਜ਼ਰੀਆਂ ਭਰੀਏ, ਗੁਰੂ ਬਣੇ ਬਣੀਏ, ਸਿੰਘ ਸਜੀਏ, ਹੋਰ ਦੂਸਰੇ ਕੰਮ ਛੱਡ ਲਈਏ, ਉਹ ਕਿਸੇ ਕੰਮ ਨਹੀਂ ਆਉਂਦੇ। ਰੋਜ਼ ਆਪਾਂ ਰਾਵਾ ਸਾਹਿਬ ਜੀ ਦਾ ਪਾਠ ਕਰਦੇ ਹਾਂ, ਅਵਰ ਕਾਜ ਕਰੇ ਕਿਤੇ ਨਾ ਕਾ ਮਿਲ ਸਾਧ ਸੰਗਤ, ਕਿਸੇ ਕੰਮ ਨਹੀਂ ਹੋਣਾ, ਜਿੰਨਾ ਜਪ ਲਾਂਗੇ ਉਹ ਕੰਮ ਹੋਣਾ, ਜੇ ਤੈਂ ਕੇਵਲ ਨਾਮ ਸੰਗ ਤੇਰੇ ਚ। ਸੁਖਮਨੀ ਸਾਹਿਬ ਰੋਜ਼ ਪੜ੍ਹਦੇ, ਉਹ ਬਹੁਤਾ ਦੱਸਣ ਦੀ ਲੋੜ ਨਹੀਂ ਹੈ। ਆਪ ਜੀ ਸਾਰੇ ਬਾਣੀ ਪੜ੍ਹਨ ਵਾਲੇ ਹੋ, ਗੁਰੂ ਘਰ ਆਉਣ ਵਾਲੇ ਹੋ, ਔਰ ਬਾਣੀ ਦਾ ਜਾਣਕਾਰੀ ਰੱਖਦੇ ਹੋ, ਔਰ ਇਹ ਕਰਨਾ ਬਣਦਾ ਹੈ, ਇਹ ਸਾਡਾ ਕਰਨਾ ਬਣਦਾ ਹੈ। ਜੇ ਅਸੀਂ ਕਰਾਂਗੇ
ਤਾਂ ਫਿਰ ਹੀ ਸਾਡੇ ਅਸੀਂ ਆਪਣੇ ਬੱਚਿਆਂ ਦੇ ਆਈਡੀਅਲ ਹੈ, ਸਾਡੇ ਆਈਡੀਅਲ ਗੁਰੂ ਗ੍ਰੰਥ ਸਾਹਿਬ ਹੈ। ਔਰ ਅਸੀਂ ਪੜ੍ਹਾਂਗੇ, ਅਸੀਂ ਕਰਾਂਗੇ ਤਾਂ ਸਾਡੇ ਬੱਚੇ ਬੇਇੱਜ਼ਤੀ ਕਰਨਗੇ ਨਾ, ਅਤੇ ਜੇ ਅਸੀਂ ਆਪ ਨਹੀਂ ਕਰਾਂਗੇ ਤਾਂ ਫਿਰ ਬੱਚੇ ਕਿਵੇਂ ਪ੍ਰਵਾਨ ਕਰਨਗੇ। ਇਸ ਵਾਸਤੇ ਬਹੁਤ ਜ਼ਰੂਰੀ ਹੈ ਪਹਿਲੇ ਆਪ, ਜਿਵੇਂ ਗੁਰੂ ਸਾਹਿਬ ਨੇ ਸਾਨੂੰ ਮਾਰਗ ਦਿਖਾਇਆ, ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹਾਦਤ ਦਿੱਤੀ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹਾਦਤ ਦਿੱਤੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਪਰਿਵਾਰ ਮਾਰਿਆ, ਸਰਬੰਸ ਮਾਰਿਆ, ਇਹ ਮਿਸਾਲ ਪੇਸ਼ ਪਿੱਛੇ ਨਹੀਂ ਹੁੰਦਾ। ਇਸ ਵਾਸਤੇ ਅਸੀਂ ਆਪ ਕਰੀਏ, ਆਪ ਬਾਣੀ ਗਾਵੀਏ, ਬਾਣੀ ਸੁਣੀਏ, ਬਾਣੀ ਪੜ੍ਹੀਏ, ਔਰ ਬੱਚਿਆਂ ਵਾਸਤੇ ਚਾਨਣ ਬਣਾਈਏ, ਤਾਂ ਕਿ ਜੋ ਆਉਣ ਵਾਲਾ ਸਮਾਂ ਹੈ ਉਹ ਬੜਾ ਭਿਆਨਕ ਅਤੇ ਖਤਰਨਾਕ ਹੈ। ਸਿੱਖੀ ਨਾਲ ਜੁੜਨਾ ਔਰ ਗੁਰੂ ਨਾਲ ਜੁੜਨਾ ਬੜਾ ਜ਼ਰੂਰੀ ਹੈ। ਸਾਰੀਆਂ ਸੰਗਤਾਂ ਦਾ ਪ੍ਰੋਗਰਾਮ ਬਹੁਤ ਧੰਨਵਾਦ ਹੈ। ਪਹਿਲਾਂ ਬੱਚਿਆਂ ਨੇ ਕੀਰਤਨ ਕੀਤਾ, ਸਾਰੇ ਬੱਚੇ ਤਿਆਰੀ ਕਰਕੇ ਆਏ ਸਨ, ਮਾਰੋ ਮਾਰੀ ਸਾਰੇ ਬੱਚਿਆਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਸ਼ਬਦ ਦੀ ਹਾਜ਼ਰੀ ਭਰੀ ਹੈ, ਔਰ ਉਸ ਤੋਂ ਬਾਅਦ ਦਸ ਨੇ ਹਾਜ਼ਰੀ ਭਰੀ ਹੈ। ਭੁੱਲਾ ਚੁੱਕਾ ਬਖਸ਼ ਦੇਣਾ, ਮਾਫ਼ੀ ਦੇ ਦੇਣਾ, ਅਸੀਸਾਂ ਬਖਸ਼ਣੀਆਂ ਆਪ ਜੀ ਦੇ ਸਾਰੇ ਬੱਚੇ ਹਨ, ਆਪ ਜੀ ਸਰਬੱਤ ਹੋ, ਸਿਰਬੱਤ ਹਨ, ਅਸੀਸ ਬਖਸ਼ਣਾ ਵੀ ਇਸੇ ਤਰ੍ਹਾਂ ਆਪ ਸੰਗਤਾਂ ਦੀ ਸੇਵਾ ਕਰਦੇ ਰਹੀਏ, ਚੜ੍ਹਦੀ ਕਲਾ 'ਚ ਵਿਚਰੀਏ, ਔਰ ਆਪ ਵੀ ਸਾਰੇ ਆਪਣੇ ਘਰਾਂ ਵਿੱਚ ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਇਹ ਹੋਕਾ ਦੇਈਏ, ਇਹ ਆਪਾਂ ਹੋਕਾ ਦੇਈਏ ਜੋ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਉੱਤੇ ਕਿਹਾ ਹੈ, ਘਰ ਘਰ ਬਾਬਾ ਖਾਲੀਏ, ਵਜਨ ਤਾਲ ਮਰਦੰਗ ਰਵਾਉਂਦਾ। ਇਹ ਚੀਜ਼ਾਂ ਨੂੰ ਆਪਾਂ ਪੋਜ਼ਿਟਿਵ ਕਰੀਏ,